ਇਹਨਾਂ 4 ਮਹੀਨਿਆਂ 'ਚ ਦੁੱਗਣੀ ਤੇਜ਼ੀ ਨਾਲ ਵੱਧਦਾ ਕੱਦ। ਬੱਚਿਆਂ ਦਾ ਕੱਦ ਵਧਾਉਣ ਦੇ ਲਈ ਇਸ ਸਮੇਂ ਕਰੋ ਆ ਕੰਮ। ਬਹੁਤ ਘੱਟ ਲੋਕ ਜਾਣਦੇ ਨੇ ਇਹ ਰਾਜ਼। ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ, ਕਿਸੇ ਦੀ ਹਾਈਟ ਛੋਟੀ ਹੈ, ਕਿਸੇ ਦੀ ਹਾਈਟ ਲੰਬੀ ਹੈ, ਕੋਈ ਪਤਲਾ, ਕੋਈ ਮੋਟਾ, ਕੋਈ ਗੋਰਾ ਤੇ ਕਿਸੇ ਦਾ ਰੰਗ ਥੋੜਾ ਜਿਹਾ ਘੱਟ ਗੋਰਾ। ਕਾਲਾ ਨਹੀਂ ਮੈਂ ਕਹਿਣਾ ਚਾਹੂੰਗੀ, ਕਿਉਂਕਿ ਕਾਲੇ ਰੰਗ ਨੂੰ ਲੈ ਕੇ ਬਹੁਤ ਲੋਕ ਦਿਲ ਤੇ ਵੀ ਗੱਲਾਂ ਲੈ ਜਾਂਦੇ ਨੇ। ਤਾਂ ਲੋਕ ਜੋ ਨੇ ਕਿਸੇ ਨੂੰ ਵੀ ਪਰਫੈਕਸ਼ਨ ਦੀ ਨਿਗਾਹ ਦੇ ਨਾਲ ਨਹੀਂ ਦੇਖਦੇ। ਬੰਦੇ ਇੱਕ ਦੂਸਰੇ ਨੂੰ ਛੇੜਦੇ ਨੇ, ਮਜ਼ਾਕ ਉਡਾਉਂਦੇ ਨੇ। ਤਾਂ ਇਹ ਜੋ ਵੀਡੀਓ ਹੈ ਖਾਸ ਕਰਕੇ ਹਾਈਟ ਵਧਾਉਣ ਨੂੰ ਲੈ ਕੇ ਹੈ। ਕਿ ਇਹ ਜੋ ਵੀਡੀਓ ਹੈ, ਇਸਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਾਲ ਦੇ ਵਿੱਚ ਅਜਿਹੇ ਮਹੀਨੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੁੱਗਣੀ ਤੇਜ਼ੀ ਦੇ ਨਾਲ ਹਾਈਟ ਵੱਧ ਸਕਦੀ ਹੈ। ਇਹ ਜੋ ਵੀਡੀਓ ਹੈ ਖਾਸ ਕਰਕੇ ਉਹਨਾਂ ਮਾਪਿਆਂ ਦੇ ਲਈ ਹੈ ਜੋ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੇ ਨੇ ਕਿ ਸਾਡੇ ਬੱਚੇ ਦਾ ਕੱਦ ਬਹੁਤ ਹੌਲੀ ਹੌਲੀ ਵੱਧ ਰਿਹਾ, ਕਿਤੇ ਸਾਡਾ ਬੱਚਾ ਛੋਟਾ ਨਾ ਰਹਿ ਜਾਏ। ਤਾਂ ਖਾਸ ਕਰਕੇ ਉਹ ਪੇਰੈਂਟਸ ਜਿਨ੍ਹਾਂ ਦੀ ਹਾਈਟ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਅਤੇ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਜੋ ਹੈ ਉਹਦੀ ਗਰੋਥ ਜ਼ਿਆਦਾ ਹੋਵੇ, ਉਹਦੀ ਹਾਈਟ ਛੋਟੀ ਨਾ ਰਹਿ ਜਾਏ, ਕਿ ਜੋ ਅਸੀਂ ਲੋਕਾਂ ਦੇ ਕਿਤੇ ਨਾ ਕਿਤੇ ਤਾਨੇ ਸੁਣੇ ਨੇ, ਮਜ਼ਾਕ ਸੁਣੇ ਨੇ, ਸਾਡੇ ਬੱਚਿਆਂ ਨੂੰ ਨਾ ਸੁਣਨੇ ਪੈਣ। ਤਾਂ ਇਹ ਜੋ ਵੀਡੀਓ ਹੈ, ਇਸ ਦੇ ਵਿੱਚ 4 ਮਹੀਨੇ ਅਜਿਹੇ ਨੇ ਸਾਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੁੱਗਣੀ ਤੇਜ਼ੀ ਦੇ ਨਾਲ ਤੁਸੀਂ ਕੁਝ ਤਰੀਕੇ ਅਪਣਾ ਕੇ ਆਪਣੇ ਬੱਚੇ ਦੀ ਹਾਈਟ ਦੁੱਗਣੀ ਕਰ ਸਕਦੇ ਹੋ। ਕਿਹੜੇ ਉਹ ਤਰੀਕੇ ਨੇ, ਕਿਹੜੇ ਉਹ ਮਹੀਨੇ ਨੇ, ਆਓ ਜਾਣਦੇ ਹਾਂ। ਇਸ ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ। ਕਿਸੇ ਦੀ ਹਾਈਟ ਛੋਟੀ ਹੁੰਦੀ ਹੈ, ਕਿਸੇ ਦੀ ਹਾਈਟ ਵੱਡੀ ਹੁੰਦੀ ਹੈ, ਕੋਈ ਬਹੁਤ ਪਤਲਾ ਹੁੰਦਾ, ਕੋਈ ਬਹੁਤ ਮੋਟਾ ਹੁੰਦਾ, ਕਿਸੇ ਦਾ ਕੰਪਲੈਕਸ਼ਨ ਡਾਰਕ ਹੁੰਦਾ ਤਾਂ ਕੋਈ ਬਹੁਤ ਜ਼ਿਆਦਾ ਗੋਰਾ ਹੁੰਦਾ। ਤਾਂ ਜਿਸ ਬੰਦੇ ਦੇ ਕੋਲ ਜਿਸ ਚੀਜ਼ ਦੀ ਕਮੀ ਹੁੰਦੀ ਹੈ, ਉਹ ਅਕਸਰ ਹੀ ਉਹਨਾਂ ਚੀਜ਼ਾਂ ਦੇ ਪਿੱਛੇ ਭੱਜਦਾ ਰਹਿੰਦਾ ਜਾਂ ਉਹਨਾਂ ਚੀਜ਼ਾਂ ਦੇ ਵੱਲ ਝੁਕਾਅ ਬੰਦੇ ਦਾ ਬਹੁਤ ਜ਼ਿਆਦਾ ਹੁੰਦਾ। ਖਾਸ ਕਰਕੇ ਜੇਕਰ ਅੱਜ ਅਸੀਂ ਕੱਦ ਵਧਾਉਣ ਦੀ ਗੱਲ ਜਾਂ ਹਾਈਟ ਦੀ ਗੱਲ ਕਰੀਏ, ਤਾਂ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਇੱਕ ਉਮਰ ਤੋਂ ਬਾਅਦ ਵੀ ਆਪਣੇ ਕੱਦ ਨੂੰ ਵਧਾਉਣ ਨੂੰ ਲੈ ਕੇ ਬਹੁਤ ਕੁਝ ਕਰਦੇ ਨੇ। ਕਈ ਲੋਕ ਤਾਂ ਦਵਾਈਆਂ ਵੀ ਖਾ ਲੈਂਦੇ ਨੇ। ਤਾਂ ਖਾਸ ਕਰਕੇ ਮਾਪੇ ਜੋ ਨੇ ਉਹ ਇਸ ਚਿੰਤਾ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਦਾ ਧੀ ਪੁੱਤ ਜੋ ਹੈ ਜਾਂ ਉਹਨਾਂ ਦਾ ਜੋ ਬੱਚਾ ਹੈ ਉਸਦਾ ਕੱਦ ਕਿਤੇ ਛੋਟਾ ਨਾ ਰਹਿ ਜਾਏ ਜਾਂ ਉਹ ਲੋਕਾਂ ਦੇ ਮਜ਼ਾਕ ਦਾ ਕਾਰਨ ਨਾ ਬਣ ਸਕੇ। ਸੋ ਤੁਹਾਨੂੰ ਅੱਜ ਅਸੀਂ ਸਾਲ ਦੇ ਵਿੱਚ ਅਜਿਹੇ 4 ਮਹੀਨੇ ਦੱਸਾਂਗੇ ਜਿਸ ਦੌਰਾਨ ਦੁੱਗਣੀ ਤੇਜ਼ੀ ਦੇ ਨਾਲ ਕੱਦ ਵੱਧਦਾ। ਖਾਸ ਕਰਕੇ ਬੱਚਿਆਂ ਦਾ ਕੱਦ ਇਸ ਦੌਰਾਨ ਬਹੁਤ ਤੇਜ਼ੀ ਦੇ ਨਾਲ ਵੱਧ ਜਾਂਦਾ। ਬੱਚੇ ਖੇਡਦੇ ਕੂਦਦੇ ਹੋਏ ਵੱਡੇ ਹੁੰਦੇ ਨੇ, ਪਰ ਕੀ ਤੁਸੀਂ ਜਾਣਦੇ ਹੋ ਕਿ ਸਾਲ ਦੇ 4 ਮਹੀਨੇ ਅਜਿਹੇ ਹੁੰਦੇ ਨੇ ਜਦੋਂ ਬੱਚੇ ਦੁੱਗਣੀ ਤੇਜ਼ੀ ਦੇ ਨਾਲ ਵੱਧਦੇ ਨੇ? ਬੱਚਿਆਂ ਦਾ ਵਿਕਾਸ ਇੱਕ ਨਿਰੰਤਰ ਅਤੇ ਕ੍ਰਮਵਾਰ ਪ੍ਰਕਿਰਿਆ ਹੁੰਦਾ ਜੋ ਜੈਨੇਟਿਕਸ, ਪੋਸ਼ਣ, ਸਮੁੱਚੀ ਸਿਹਤ ਅਤੇ ਵਾਤਾਵਰਣ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦਾ। ਅਜਿਹੀ ਸਥਿਤੀ ਦੇ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਸਾਲ ਦੇ ਵਿੱਚ 4 ਮਹੀਨੇ ਅਜਿਹੇ ਹੁੰਦੇ ਨੇ ਜਦੋਂ ਡਬਲ ਗਰੋਥ ਹੋ ਸਕਦੀ ਹੈ ਬੱਚੇ ਦੀ? ਕਿਹਾ ਜਾਂਦਾ ਕਿ ਬਸੰਤ ਅਤੇ ਗਰਮੀਆਂ ਦੇ ਵਿੱਚ ਬੱਚੇ ਬਹੁਤ ਤੇਜ਼ੀ ਦੇ ਨਾਲ ਵੱਧਦੇ ਨੇ। ਇਹ 4 ਮਹੀਨੇ ਬੱਚਿਆਂ ਦੇ ਲਈ ਬਹੁਤ ਚੰਗੇ ਮੰਨੇ ਜਾਂਦੇ ਨੇ, ਖਾਸ ਕਰਕੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਲਈ। ਇਸ ਦਾ ਕਾਰਨ ਹੈ ਕਿ ਬਸੰਤ ਅਤੇ ਗਰਮੀਆਂ ਦੇ ਵਿੱਚ ਬੱਚੇ ਸਰੀਰਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਬਾਹਰ ਜ਼ਿਆਦਾ ਸਮਾਂ ਬਿਤਾਉਂਦੇ ਨੇ, ਜਿਵੇਂ ਕਿ ਖੇਡਾਂ ਖੇਡਣ ਦੇ ਲਈ ਆਲੇ ਦੁਆਲੇ ਦੌੜਨਾ ਅਤੇ ਆਮ ਤੌਰ 'ਤੇ ਵਧੇਰੇ ਸਰਗਰਮ ਹੋਣਾ। ਇਸ ਦੇ ਨਾਲ ਹੀ ਬਸੰਤ ਅਤੇ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਵੱਖ ਵੱਖ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਵੀ ਮਿਲਦੀਆਂ ਨੇ।
ਇਹੀ ਕਾਰਨ ਹੈ ਕਿ ਇਹਨਾਂ ਮਹੀਨਿਆਂ ਦੇ ਦੌਰਾਨ ਇਹਨਾਂ ਦਾ ਜੋ ਵਾਧਾ ਹੈ ਯਾਨੀ ਬੱਚਿਆਂ ਦੀ ਜੋ ਗਰੋਥ ਹੈ ਉਹ ਬਹੁਤ ਤੇਜ਼ੀ ਦੇ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਇਸ ਮੌਸਮ ਦੇ ਵਿੱਚ ਸਰੀਰ ਨੂੰ ਸੂਰਜ ਦੀ ਰੋਸ਼ਨੀ ਵੀ ਕਾਫੀ ਜ਼ਿਆਦਾ ਮਿਲਦੀ ਹੈ ਜੋ ਸਰੀਰ ਦੇ ਵਿੱਚ ਵਿਟਾਮਿਨ ਡੀ ਦੇ ਉਤਪਾਦਨ ਦੇ ਵਿੱਚ ਮਦਦ ਕਰਦਾ ਹੈ ਜੋ ਸਿਹਤ ਦੇ ਵਿਕਾਸ ਦੇ ਵਿੱਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੋ ਬਸੰਤ ਅਤੇ ਗਰਮੀਆਂ ਦੇ ਵਿੱਚ ਬੱਚੇ ਬਹੁਤ ਤੇਜ਼ੀ ਦੇ ਨਾਲ ਵੱਧਦੇ ਨੇ, ਇਹ ਤੱਥਾਂ ਦੇ ਮੁਤਾਬਕ ਜੋ ਹੈ ਪ੍ਰੂਵ ਹੋ ਚੁੱਕਿਆ। ਸੋ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਸਰੀਰਕ ਗਤੀਵਿਧੀਆਂ ਨਹੀਂ ਕਰਵਾ ਰਹੇ ਤਾਂ ਇਹ ਵੀ ਕਾਰਨ ਹੋ ਸਕਦਾ ਕਿ ਤੁਹਾਡੇ ਬੱਚੇ ਦਾ ਵਿਕਾਸ ਥੋੜ੍ਹਾ ਘੱਟ ਹੋ ਰਿਹਾ ਜਾਂ ਥੋੜ੍ਹੇ ਸਲੋਅ ਹੋ ਰਿਹਾ, ਧੀਮੀ ਗਤੀ ਦੇ ਨਾਲ ਬੱਚੇ ਦਾ ਵਿਕਾਸ ਹੋ ਰਿਹਾ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਤੇਜ਼ੀ ਦੇ ਨਾਲ ਹੋ ਸਕੇ ਤਾਂ ਬਸੰਤ ਅਤੇ ਗਰਮੀਆਂ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਹਮੇਸ਼ਾ ਅੰਦਰ ਹੀ ਅੰਦਰ ਨਾ ਰੱਖੋ, ਸਰੀਰਕ ਗਤੀਵਿਧੀਆਂ ਦੇ ਵੱਲ ਵੀ ਉਹਨਾਂ ਦਾ ਧਿਆਨ ਪਾਓ ਅਤੇ ਸੂਰਜ ਦੀ ਰੋਸ਼ਨੀ ਵੀ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੀ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ। ਤਾਂ ਖਾਸ ਕਰਕੇ ਇਸ ਮੌਸਮ ਦੇ ਦੌਰਾਨ ਬੱਚਿਆਂ ਨੂੰ ਫਲ ਸਬਜ਼ੀਆਂ ਅਜਿਹੀਆਂ ਜ਼ਰੂਰ ਤੁਸੀਂ ਦਿਓ ਜਿਸ ਦੇ ਨਾਲ ਬੱਚਿਆਂ ਨੂੰ ਪੂਰਨ ਤੌਰ 'ਤੇ ਜੋ ਹੈ ਪੋਸ਼ਣ ਮਿਲ ਸਕੇ। ਸੋ ਇਹਨਾਂ ਚੀਜ਼ਾਂ ਨੂੰ ਕਰਕੇ ਬੱਚਿਆਂ ਦੀ ਗਰੋਥ ਤੇਜ਼ੀ ਦੇ ਨਾਲ ਕੀਤੀ ਜਾ ਸਕਦੀ ਹੈ, ਵਧਾਈ ਜਾ ਸਕਦੀ ਹੈ। ਪਰ ਕੁਝ ਅਜਿਹੇ ਤੱਥ ਹੁੰਦੇ ਨੇ ਜਿਵੇਂ ਕਿ ਜੈਨੇਟਿਕਸ ਵੀ ਕੁਝ ਚੀਜ਼ਾਂ ਹੁੰਦੀਆਂ ਨੇ। ਜੇਕਰ ਬੱਚਿਆਂ ਦੇ ਮਾਪੇ ਦਾ ਕੱਦ ਜੋ ਹੈ ਉਹ ਮੀਡੀਅਮ ਹੈ ਜਾਂ ਛੋਟੀ ਹੈ ਹਾਈਟ, ਤਾਂ ਬੱਚਿਆਂ ਦੀ ਕਿਤੇ ਨਾ ਕਿਤੇ ਹਾਈਟ ਘੱਟ ਹੋ ਸਕਦੀ ਹੈ। ਪਰ ਇਹਨਾਂ ਤਰੀਕਿਆਂ ਦੇ ਨਾਲ ਤੁਸੀਂ ਬੱਚਿਆਂ ਦੇ ਕੱਦ ਨੂੰ ਵਧਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਲੈ ਸਕਦੇ ਹੋ।